ਤੁਹਾਡਾ ਕੀ ਨਾਮ ਆ? ਸੰਦੀਪ ਕੌਰ। ਕੀ ਤੁਹਾਨੂੰ ਕੀ ਤਕਲੀਫ ਹੋਈ ਸੀ? ਬਸ ਮੇਰੇ ਇੱਦਾਂ ਸੀ ਜਿੱਦਾਂ ਮੌਕਾ ਹੁੰਦਾ ਇਸ ਤਰ੍ਹਾਂ ਇਹ ਹੋਇਆ ਪਹਿਲਾਂ। ਅੱਛਾ ਜੀ। ਤੇ ਮੁੜ ਕੇ ਵਾਧਾ ਵਾਧਾ ਤੇ ਕੋੜਿਆ ਵੀ ਜਾਗਮ ਬਣ ਗਿਆ ਤੇ ਵਿੱਚੋਂ ਲਹੂ ਜਿਹਾ ਤੇ ਭਾਗ ਜਿਹੀ ਨਿਕਲਣ ਲੱਗ ਪਈ ਬਗਲ ਲੱਗ ਪਿਆ। ਅੱਛਾ ਜੀ। ਹੁਣ ਕਿਸ ਤਰ੍ਹਾਂ ਹੈਗਾ ਤੁਹਾਡਾ? ਹੁਣ ਬਹੁਤ ਵਧੀਆ ਵਾ, ਹੁਣ ਠੀਕ ਹੈ ਬਿਲਕੁਲ। ਅੱਛਾ ਜੀ। ਹਾਂਜੀ, ਕੋਈ ਲਹੂ ਨਹੀਂ ਨਿਕਲਦਾ, ਕੋਈ ਭਾਗ ਨਹੀਂ ਨਿਕਲਦੀ ਵਿੱਚੋਂ। ਠੀਕ ਹੈ ਜੀ। ਇਹ ਕਿੰਨੀ ਦੇਰ ਪੁਰਾਣੀ ਪ੍ਰੋਬਲਮ ਸੀ ਤੁਹਾਨੂੰ? ਬਹੁਤ ਚਿਰ ਹੀ ਹੋ ਗਿਆ, ਬੜੇ ਡਾਕਟਰ ਸਾਹਿਬ ਨੂੰ ਦਿਖਾਇਆ, ਕਿਸੇ ਨੂੰ ਪਤਾ ਨਹੀਂ ਲੱਗਾ। ਤੇ ਇਹਨਾਂ ਨੇ ਮੈਨੂੰ ਆਵਾਜ਼ ਅੰਦਰ ਪਈ ਆ, ਇਹਨਾਂ ਨੂੰ ਮੈਂ ਖੜ੍ਹੀ ਹੋਈ ਅਤੇ ਇਹਨਾਂ ਨੂੰ ਉਦੋਂ ਹੀ ਦੱਸਤਾ ਉਹਦਾ ਵੀ ਸਾਡੇ ਇਹ ਕਾਲਾ ਕੈਂਸਰ ਵਾ। ਹਾਂਜੀ। ਤੇ ਦੂਜੇ ਦਿਨ ਇਹਨਾਂ ਮੇਰਾ ਪਰੇਸ਼ਨ ਕਰਤਾ, ਬਿਲਕੁਲ ਮੈਂ ਠੀਕ ਠਾਕ। ਇੱਕ ਸੰਦੀਪ ਕੌਰ ਪੇਸ਼ੈਂਟ ਆਏ ਆ, ਇਹਨਾਂ ਨੂੰ ਕੀ ਪ੍ਰੋਬਲਮ ਸੀ? ਸਰ, ਸਾਡੇ ਕੋਲ ਸੰਦੀਪ ਕੌਰ ਪੇਸ਼ੈਂਟ ਕੁਛ ਦੇਰ ਤੋਂ ਆ ਰਹੇ ਸੀਗੇ। ਸਾਡੇ ਸਕਿੰਨ ਵਾਲੇ ਮੈਡਮ ਡਾਕਟਰ ਨਿਹਾਰਿਕਾ ਕੋਲ ਇਹਨਾਂ ਨੂੰ ਦਿਖਾਇਆ ਸੀਗਾ ਅਤੇ ਸਾਨੂੰ ਸ਼ੱਕ ਸੀਗਾ ਕਿ ਇਹਨਾਂ ਦੇ ਕੈਂਸਰ ਹੈਗਾ ਚਮੜੀ ਦਾ, ਅਤੇ ਇਹਦਾ ਸਾਨੂੰ ਸੀਗਾ ਕਿ ਓਪਰੇਸ਼ਨ ਹੀ ਇਲਾਜ ਹੈਗਾ ਜਿਹੜਾ ਚਮੜੀ ਦੇ ਕੈਂਸਰ ਹੁੰਦੇ ਮੋਸਟਲੀ। ਠੀਕ ਹੈ ਜੀ। ਅਸੀਂ ਓਪਰੇਸ਼ਨ ਕਰਕੇ ਅਤੇ ਉਹਦਾ ਟੈਸਟ ਕਰਵਾਇਆ ਹੈਗਾ, ਜਿਹੜਾ ਮਾਸ ਕੱਪੜਾ ਕੱਟਿਆ ਸੀਗਾ ਉਹਦੇ ਵਿੱਚ ਜਿਹੜਾ ਕੈਂਸਰ ਕਨਫਰਮ ਆਇਆ ਹੈਗਾ। ਐਂਡ ਲੱਕੀਲੀ ਪੇਸ਼ੈਂਟ ਵਾਸਤੇ ਵੀ ਬਹੁਤ ਅੱਛਾ ਰਿਹਾ ਕਿ ਪੂਰਾ ਜਿੰਨਾ ਕੈਂਸਰ ਸੀਗਾ ਉਹ ਨਿਕਲ ਗਿਆ ਹੈਗਾ, ਟੈਸਟ ਪੇਸ਼ੈਂਟ ਠੀਕ ਹੋ ਗਿਆ ਹੈਗਾ। ਇਸ ਵੇਲੇ ਪੇਸ਼ੈਂਟ ਸਰ ਠੀਕ ਹੈਗਾ, ਇਹਨਾਂ ਦੇ ਅਸੀਂ ਜਿਹੜਾ ਓਪਰੇਸ਼ਨ ਹੁੰਦਾ ਵਾ ਨੋਰਮਲ ਓਪਰੇਸ਼ਨ ਨਹੀਂ ਹੁੰਦਾ, ਇਹਦੇ ਵਾਸਤੇ ਥੋੜ੍ਹੀ ਪਲਾਸਟਿਕ ਸਰਜਰੀ ਹੁੰਦੀ ਹੈ। ਫਲੈਪ ਲੱਗਦਾ ਹੈ, 80 ਫਲੈਪ ਲਗਾਇਆ ਅਸੀਂ ਇਸ ਪੇਸ਼ੈਂਟ 'ਤੇ। ਪੇਸ਼ੈਂਟ ਦਾ ਫਲੈਪ ਵੀ ਸਕਸੈਸਫੁਲੀ ਟੇਕਅਪ ਹੋ ਗਿਆ ਹੈਗਾ, ਚਮੜੀ ਇਸ ਵੇਲੇ ਨੋਰਮਲ ਕਲਰ ਦੀ ਹੋ ਗਈ ਹੈਗੀ ਹੈ ਬਿਲਕੁਲ, ਅਤੇ ਪੇਸ਼ੈਂਟ ਜਿਹੜਾ ਰਿਕਵਰ ਬਹੁਤ ਅੱਛਾ ਕਰ ਰਿਹਾ। ਸਰ, ਜਿਹੜਾ ਫਲੈਪ ਲਾਇਆ ਇਹ ਸਰਕਾਰੀ ਹੋਸਪਿਟਲੋਂ ਲੱਗਾ ਆ ਕਿ ਪੇਸ਼ੈਂਟ ਨੇ ਆਪ ਹੀ? ਨਹੀਂ ਸਰ, ਫਲੈਪ ਜਿਹੜਾ ਹੁੰਦਾ ਇਹ ਪੇਸ਼ੈਂਟ ਦੀ ਚਮੜੀ ਦਾ ਹੀ ਅਸੀਂ ਫਲੈਪ ਬਣਾਉਂਦੇ ਹੈਗੇ ਹਾਂ। ਸਕਿੰਨ ਮੋਬਲਾਈਜ਼, ਮਤਲਬ ਸਕਿੰਨ ਨੂੰ ਅਸੀਂ ਜਿੰਨੀ ਸਕਿੰਨ ਮੰਨ ਲਓ ਕੱਢ ਰਹੇ ਹਾਂ, ਮਾਰਜਿਨ ਰੱਖਣਾ ਹੁੰਦਾ ਕੈਂਸਰ ਦੇ ਵਿੱਚ, ਅਸੀਂ ਵੀ ਇੰਨੇ ਮਾਰਜਿਨ ਅਸੀਂ ਕੱਢਣੀ ਕੱਢਣੀ ਹੈ ਤਾਂ ਕਿ ਜਿੰਨਾ ਵੀ ਕੈਂਸਰ ਜਿਹੜਾ ਅੱਖ ਨੂੰ ਦਿਖ ਰਿਹਾ ਉਹ ਵੀ ਨਿਕਲ ਜਾਵੇ, ਜਿਹੜਾ ਨਹੀਂ ਦਿਖ ਰਿਹਾ ਉਹ ਵੀ ਨਿਕਲ ਜਾਵੇ। ਉਹ ਫਲੈਪ ਜਿਹੜਾ ਹੁੰਦਾ ਸਰ ਇਹ ਚਮੜੀ ਦਾ ਹੀ ਲਗਾਇਆ ਗਿਆ ਹੈਗਾ, ਪੇਸ਼ੈਂਟ ਦੀ ਹੀ ਸਕਿੰਨ ਜਿਹੜੀ ਅਸੀਂ ਮੋਬਲਾਈਜ਼ ਕੀਤੀ ਹੈਗੀ ਹੈ ਉਹਦੇ ਨਾਲ ਹੀ ਲਗਾਇਆ। ਕੋਈ ਐਕਸਟਰਾ ਚੀਜ਼ ਨਹੀਂ ਹੈ ਸਰ। ਇਸ ਤੋਂ ਇਲਾਵਾ ਹੋਰ ਸਿਵਲ ਹੋਸਪਿਟਲ 'ਚ ਅੱਗੇ ਜੇ ਕੋਈ ਇਹੋ ਜਿਹੇ ਪੇਸ਼ੈਂਟ ਆਉਣਗੇ ਕੈਂਸਰ ਪੇਸ਼ੈਂਟ, ਤੁਸੀਂ ਹੈਂਡਲ ਕਰੋਗੇ? ਬਿਲਕੁਲ ਸਰ, ਜਿੰਨੀ ਸਾਡੀ ਇੱਥੇ ਸ਼ਮਤਾ ਹੈਗੀ ਹੈ ਸਰਕਾਰ ਵੱਲੋਂ ਸਾਨੂੰ ਪੂਰੀ ਸਹਾਇਤਾ ਹੈਗੀ ਹੈ, ਉਹਨਾਂ ਅਸੀਂ ਪੇਸ਼ੈਂਟ ਵਾਸਤੇ ਜ਼ਰੂਰ ਕਰਾਂਗੇ। ਇਹਦੇ ਵਾਸਤੇ ਸਾਡਾ ਜਿਹੜਾ NSC ਦਾ ਡਿਪਾਰਟਮੈਂਟ ਹੈ, ਬਾਕੀ ਸਾਡੇ ਜਿਹੜੇ ਸਟਾਫ ਹੈਗਾ OT ਵਾਲਾ, ਉਹਨਾਂ ਨੇ ਵੀ ਬਹੁਤ ਹੈਲਪ ਕੀਤੀ ਸਾਡੀ, ਪੂਰਾ ਸਾਥ ਦਿੱਤਾ ਸੀ, ਉਹਨਾਂ ਦੀ ਬਹੁਤ ਥੈਂਕ ਯੂ। ਥੈਂਕ ਯੂ ਸਰ।